ਮੰਦਿਰ ਦੇ ਵਿੱਚ ਐਂਟਰ ਕਰਦੇ ਹਾਂ ਤਾਂ ਤੁਸੀਂ ਇੱਕ ਸਾਈਡ ਦੇਖ ਸਕਦੇ ਹੋ, ਕਾਫੀ ਵੱਡੀ ਪਾਰਕਿੰਗ ਬਣੀ ਹੋਈ ਹੈ। ਸਾਹਮਣੇ ਗੱਡੀਆਂ ਤੇ ਜੀਪਾਂ ਦੀ ਜਿਹੜੀ ਪਾਰਕਿੰਗ ਹੈ, ਤੇ ਇੱਧਰ ਟੂ ਵੀਲਰ ਦੀ ਪਾਰਕਿੰਗ ਹੁੰਦੀ ਹੈ। ਆਪਾਂ ਆਪਣਾ ਮੋਟਰਸਾਈਕਲ ਖੜਾ ਕਰਤਾ, ਆਓ ਚੱਲਦੇ ਹਾਂ, ਹੁਣ ਆਪਾਂ ਦਰਸ਼ਨ ਕਰਦੇ ਹਾਂ ਜੀ। ਸਾਰਿਆਂ ਨੂੰ ਪਿਆਰ ਭਾਈ, ਸਤਿ ਸ਼੍ਰੀ ਅਕਾਲ ਜੀ। ਮੈਂ ਸਪ੍ਰੀਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪ੍ਰਿੰਸ ਪੰਜਾਬੀ ਟ੍ਰੈਵਲਰ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨਲਾਸ ਵਿਖੇ ਸ਼ਿਵ ਮੰਦਿਰ ਦੇ ਦਰਸ਼ਨ ਕਰਨ ਆਏ ਹਾਂ ਜੀ। ਜਿਹੜਾ ਜੀ ਸ਼ਿਵਲਿੰਗ ਉਰੇ ਸਥਾਪਿਤ ਕੀਤਾ ਹੋਇਆ ਜੀ, ਉਹਦੇ ਉੱਤੇ ਟੱਕ ਲੱਗਿਆ ਹੋਇਆ ਆ, ਆਪਾਂ ਉਸ ਸ਼ਿਵਲਿੰਗ ਦੇ ਦਰਸ਼ਨ ਕਰਦੇ ਹਾਂ ਜੀ। ਰਾਜਪੁਰੇ ਸ਼ਹਿਰ ਦੇ ਨਾਲ ਨਲਾਸ ਪਿੰਡ ਦੇ ਵਿੱਚ ਇਹ ਬਹੁਤ ਸੋਹਣਾ ਜੀ ਸ਼ਿਵ ਭਗਵਾਨ ਦਾ ਮੰਦਿਰ ਬਣਿਆ ਹੋਇਆ ਜੀ। ਆਪਾਂ ਸਾਰੇ ਜਣੇ ਰਲ ਮਿਲ ਕੇ ਇਸ ਮੰਦਿਰ ਦੇ ਦਰਸ਼ਨ ਕਰਦੇ ਹਾਂ ਜੀ। ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ। ਵੀਡੀਓ 'ਚ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਕਮੈਂਟ ਵਿੱਚ ਹਰ ਹਰ ਮਹਾਦੇਵ ਲਿਖਿਓ। ਸਾਡੇ ਚੈਨਲ 'ਤੇ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਆਓ ਹੁਣ ਆਪਾਂ ਚੱਲਦੇ ਹਾਂ ਮੰਦਿਰ ਦੇ ਦਰਸ਼ਨ ਕਰਦੇ ਹਾਂ। ਦੀ ਪ੍ਰਬੰਧਕ ਕਮੇਟੀ ਵੱਲੋਂ ਤੁਸੀਂ ਪੜ੍ਹ ਸਕਦੇ ਹੋ, ਕੁਝ ਇੰਸਟਰਕਸ਼ਨਸ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਆਪਾਂ ਜ਼ਰੂਰ ਫੋਲੋ ਕਰਨਾ ਚਾਹੀਦਾ ਹੈ। ਆਪਾਂ ਜੀ ਜੇ ਇਸ ਮੰਦਿਰ ਦੇ ਇਤਿਹਾਸ ਦੀ ਗੱਲ ਕਰੀਏ, ਤਕਰੀਬਨ 500 550 ਸਾਲ ਪਹਿਲਾਂ ਜੀ ਇੱਕ ਚਰਵਾਹਾ ਇੱਥੇ ਨਾ ਜਿਹੜੇ ਆਪਣੇ ਡੰਗਰ ਨੇ ਪਸ਼ੂ ਨੇ ਉਹ ਚਰਾਉਣ ਆਉਂਦਾ ਹੁੰਦਾ ਸੀਗਾ। ਇਹ ਇੱਕ ਜੰਗਲ ਹੁੰਦਾ ਸੀਗਾ ਸਾਰਾ ਜੀ, ਤੇ ਉਹ ਜਦੋਂ ਪਸ਼ੂ ਚਰਾਉਣ ਆਉਂਦਾ ਹੁੰਦਾ ਸੀਗਾ ਤਾਂ ਇੱਕ ਗਾਂ ਜੀ ਇੱਕ ਜਗ੍ਹਾ ਦੇ ਉੱਤੇ ਆ ਕੇ ਰੋਜ਼ ਖੜ ਜਾਂਦੀ ਸੀ ਤੇ ਆਪਣਾ ਦੁੱਧ ਕੱਢ ਦਿੰਦੀ ਸੀਗੀ। ਉਹ ਚਰਵਾਹੇ ਨੂੰ ਜਦੋਂ ਚਰਵਾਹਾ ਘਰੇ ਡੰਗਰ ਲੈ ਕੇ ਜਾਂਦਾ ਸੀ, ਪਸ਼ੂ ਲੈ ਕੇ ਜਾਂਦਾ ਸੀ, ਤਾਂ ਗਾਂ ਨੂੰ ਘਰੇ ਜਾਂਦੀ ਸੀਗੀ ਤਾਂ ਉਹ ਸਮਝ ਨਹੀਂ ਲੱਗਦੀ ਸੀ ਵੀ ਇਹ ਦੁੱਧ ਜਾਂਦਾ ਕਿੱਥੇ ਆ। ਕਈ ਦਿਨ ਉਹ ਸੋਚਦਾ ਰਿਹਾ ਵੀ ਕੀ ਹੋ ਰਿਹਾ ਆ। ਫਿਰ ਉਹਨੇ ਇੱਕ ਦਿਨ ਨਿਗਾਹ ਰੱਖੀ ਜੀ ਉਸ ਗਾਂ ਦੇ ਉੱਤੇ ਵੀ ਮੈਂ ਇਹ ਚੈੱਕ ਕਰਨਾ ਵੀ ਦੁੱਧ ਜਾਂਦਾ ਕਿੱਥੇ ਆ। ਤਾਂ ਉਹਨੇ ਇੱਕ ਦਿਨ ਦੇਖਿਆ ਤਾਂ ਉਹ ਗਾਂ ਨਾ ਇੱਕ ਜਗ੍ਹਾ ਦੇ ਉੱਤੇ ਆ ਕੇ ਖੜ ਜਾਂਦੀ ਸੀ ਤੇ ਉਹਦੇ ਜਿਹੜੇ ਥਣਾਂ ਦੇ ਵਿੱਚੋਂ ਆਪਣੇ ਆਪ ਦੁੱਧ ਚੱਲਣ ਲੱਗ ਜਾਂਦਾ ਸੀ, ਵਗਣ ਲੱਗ ਜਾਂਦਾ ਸੀਗਾ। ਉਹਨੇ ਤਕਰੀਬਨ 2 ਦਿਨ ਇਸ ਚੀਜ਼ ਨੂੰ ਦੇਖਿਆ ਜੀ। ਫਿਰ ਉਹਨੇ ਕੀ ਕੀਤਾ ਜੀ, ਉਹਨੂੰ ਖੋਦਣਾ ਸ਼ੁਰੂ ਕੀਤਾ ਵੀ ਇਹਨੂੰ ਆਪਾਂ ਦੇਖੀਏ ਅਸੀਂ ਇਹਦੇ ਵਿੱਚ ਹੈ ਕੀ ਚੀਜ਼ ਆ, ਵੀ ਜਿਹੜੀ ਗਾਂ ਉਰੇ ਖੜਦੀ ਆ ਤੇ ਦੁੱਧ ਇਸੇ ਇੱਕ ਜਗ੍ਹਾ ਦੇ ਉੱਤੇ ਹੀ ਦੁੱਧ ਨੂੰ ਆਪਣਾ ਸਾਰੇ ਨੂੰ ਕੱਢ ਦਿੰਦੀ ਆ ਜੀ। ਤੇ ਕਹਿੰਦੇ ਨਾ ਜਦੋਂ ਉਹ ਪੱਟਣ ਲੱਗੇ ਤਾਂ ਕਈ ਤਾਂ ਉਹਨੂੰ ਕਹੀ ਦਾ ਵਾਰ ਕਹਿੰਦੇ ਨੇ ਜੀ, ਕਈ ਕਹਾੜੀ ਦਾ ਵਾਰ ਕਹਿੰਦੇ ਨੇ, ਵੀ ਜਦੋਂ ਕੀਤਾ ਤਾਂ ਉਹਦੇ ਵਿੱਚ ਜਿਹੜਾ ਸ਼ਿਵਲਿੰਗ ਸੀਗਾ ਥੱਲੇ ਜੀ ਉਹਦੇ ਉੱਤੇ ਟੱਕ ਲੱਗਿਆ ਸੀਗਾ। ਉਹ ਟੱਕ ਉਹ ਸ਼ਿਵਲਿੰਗ ਦੇ ਉੱਤੇ ਅੱਜ ਵੀ ਮੌਜੂਦ ਆ ਜੀ। ਫਿਰ ਜਣੀ ਨਾ ਇੱਕ ਜਿਵੇਂ ਆਪਾਂ ਇਮੇਜਿਨ ਕਰ ਸਕਦੇ ਹਾਂ ਜਦੋਂ ਤਾਰਾਂ ਭਿੜਦੀਆਂ ਨੇ ਆਪਸ ਦੇ ਵਿੱਚ, ਕਰੰਟ ਇੱਕ ਬਹੁਤ ਜ਼ਿਆਦਾ ਹੁੰਦਾ ਆ ਨਾ, ਤਾਂ ਉਸ ਤਰ੍ਹਾਂ ਇੱਕ ਬਲਾਸਟ ਟਾਈਪ ਅਸਮਾਨ ਦੇ ਵਿੱਚ ਹੋਇਆ ਜੀ। ਇੱਕ ਰਿਸ਼ੀ ਜੀ ਸੀਗੇ, ਥੋੜ੍ਹੀ ਦੂਰ ਤਪੱਸਿਆ ਕਰਦੇ ਹੁੰਦੇ ਸੀ, ਆਪਾਂ ਉਹ ਜਗ੍ਹਾ ਵੀ ਦੇਖਦੇ ਹਾਂ, ਉਹਨਾਂ ਦੀ ਤਪੱਸਿਆ ਵੀ ਖੁੱਲੀ ਜੀ। ਫਿਰ ਉਹ ਇਸ ਜਗ੍ਹਾ ਦੇ ਉੱਤੇ ਆਏ ਜੀ। ਫਿਰ ਉਹਨਾਂ ਨੇ ਜੀ ਇਸ ਮੰਦਿਰ ਦਾ ਉਸ ਸ਼ਿਵਲਿੰਗ ਨੂੰ ਉਹਦੇ ਵਿੱਚੋਂ ਕੱਢ ਕੇ ਜੀ ਇਸ ਮੰਦਿਰ ਦੇ ਵਿੱਚ ਸਥਾਪਿਤ ਕੀਤਾ ਜੀ, ਤੇ ਇਸ ਮੰਦਿਰ ਦੀ ਸਥਾਪਨਾ ਕੀਤੀ ਸੀ ਉਹਨਾਂ ਨੇ ਜੀ, ਰਿਸ਼ੀ ਜੀ ਨੇ। ਆਪਾਂ ਚੱਲਦੇ ਹਾਂ ਹੁਣ ਉਸ ਸ਼ਿਵਲਿੰਗ ਨੂੰ ਦੇਖਦੇ ਹਾਂ ਜੀ। ਤੁਸੀਂ ਦੇਖ ਸਕਦੇ ਹੋ ਇਸ ਮੰਦਿਰ ਦੇ ਵਿੱਚ ਕਿੱਡੀ ਵੱਡੀ ਜੀ ਭਗਵਾਨ ਭੋਲੇ ਸ਼ੰਕਰ ਜੀ ਦੀ ਮੂਰਤੀ ਸਥਾਪਿਤ ਕੀਤੀ ਹੋਈ ਆ ਜੀ। ਇੱਕ ਗੱਲ ਉਰੇ ਹੋਰ ਕਹੀ ਜਾਂਦੀ ਆ ਵੀ ਜਾਂ ਤਾਂ ਭੋਲੇ ਸ਼ੰਕਰ ਸ਼ਿਵ ਸ਼ੰਕਰ, ਜਾਂ ਤਾਂ ਕਲਾਸ਼ਮੇ ਜਾਂ ਨਲਾਸਮੇ ਜੀ, ਇਹ ਗੱਲ ਵੀ ਉਰੇ ਕਹੀ ਜਾਂਦੀ ਆ ਵੀ ਸ਼ਿਵ ਸ਼ੰਕਰ ਭੋਲੇਨਾਥ ਕਲਾਸ਼ 'ਚ ਹੁੰਦੇ ਨੇ ਜਾਂ ਨਲਾਸ ਦੇ ਵਿੱਚ ਹੁੰਦੇ ਨੇ। ਅੱਜ ਹੁਣ ਆਪਾਂ ਮੰਦਿਰ ਦੇ ਅੰਦਰ ਨੂੰ ਚੜ੍ਹਦੇ ਹਾਂ ਜੀ, ਦਰਸ਼ਨ ਕਰਦੇ ਹਾਂ ਉਸ ਸ਼ਿਵਲਿੰਗ ਦੇ ਜਿਹਦੇ ਉੱਤੇ ਅੱਜ ਵੀ ਟੱਕ ਲੱਗਿਆ ਹੋਇਆ ਜੀ। ਆਓ ਜੀ ਆਪਾਂ ਅੰਦਰ ਚੱਲਦੇ ਹਾਂ, ਤੇ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਜੋੜਾ ਘਰ ਜੁੱਤਾ ਸਟੈਂਡ ਬਣਿਆ ਹੋਇਆ, ਜਿੱਥੇ ਆਪਾਂ ਆਪਣਾ ਜੁੱਤੇ ਆਪਣੇ ਚੱਪਲਾਂ ਆਦਿ ਜਮ੍ਹਾਂ ਕਰਵਾ ਸਕਦੇ ਹਾਂ। ਇਸ ਸਾਈਡ ਤੁਸੀਂ ਪੜ੍ਹ ਸਕਦੇ ਹੋ ਨਲਾਸ ਹਰ ਹਰ ਮਹਾਦੇਵ, ਤੇ ਇੱਥੇ ਆਪਾਂ ਆਪਣੇ ਹੱਥ ਪੈਰ ਧੋ ਸਕਦੇ ਹਾਂ।
ਇਸ ਸਾਈਡ ਆਪਾਂ ਦੇਖ ਸਕਦੇ ਹਾਂ ਜੀ, ਮੰਦਰ ਦੇ ਵਿੱਚ ਲਿਜਾਣ ਲਈ ਪ੍ਰਸ਼ਾਦ ਲਈ ਦੁਕਾਨ ਲੱਗੀ ਹੋਈ ਹੈ, ਜਿੱਥੋਂ ਆਪਾਂ ਮੰਦਰ ਦੇ ਅੰਦਰ ਲੈ ਜਾਣ ਲਈ ਫੁੱਲ ਅਤੇ ਪ੍ਰਸ਼ਾਦ ਲੈ ਸਕਦੇ ਹਾਂ ਜੀ। ਆਓ ਚਲੀਏ ਜੀ, ਹੁਣ ਆਪਾਂ ਮੰਦਿਰ ਦੇ ਅੰਦਰ ਤੋਂ ਦਰਸ਼ਨ ਕਰਦੇ ਹਾਂ ਜੀ। ਇਹ ਹੈ ਜੀ ਮੰਦਿਰ ਪਰਿਸਰ ਦਾ ਮੁੱਖ ਦੁਆਰ। ਆਪਾਂ ਸਾਹਮਣੇ ਦੇਖ ਸਕਦੇ ਹਾਂ ਕਿ ਭਗਵਾਨ ਸ਼ਿਵ ਸ਼ੰਕਰ ਜੀ ਦੇ ਪਿਆਰੇ, ਉਹਨਾਂ ਦੀ ਸਵਾਰੀ ਨੰਦੀ ਜੀ ਹਮੇਸ਼ਾ ਹੀ ਭਗਵਾਨ ਭੋਲੇ ਸ਼ੰਕਰ ਜੀ ਦੀ ਪ੍ਰਤਿਮਾ ਦੇ ਸਾਹਮਣੇ ਬੈਠੇ ਹੁੰਦੇ ਹਨ। ਇਸ ਮੰਦਿਰ 'ਚ ਆਪਾਂ ਦੇਖ ਸਕਦੇ ਹਾਂ, ਹਰਿਦੁਆਰ ਵਿਖੇ ਵੀ ਆਪਾਂ ਭਗਵਾਨ ਸ਼ਿਵ ਜੀ ਦੇ ਮੰਦਿਰ ਦਰਸ਼ਨ ਕੀਤੇ ਸੀ। ਜੇਕਰ ਤੁਸੀਂ ਉਹ ਵੀਡੀਓ ਵੀ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਦੇਖ ਸਕਦੇ ਹੋ। 12 ਜੋਤਿਰਲਿੰਗਾਂ ਦੇ ਵਿੱਚੋਂ ਇੱਕ ਜੋਤਿਰਲਿੰਗ ਜੋ ਕਿ ਮਹਾਰਾਸ਼ਟਰ ਵਿਖੇ ਹੈ, ਉੱਥੇ ਵੀ ਆਪਾਂ ਦਰਸ਼ਨ ਕੀਤੇ ਹਨ। ਜੇਕਰ ਤੁਸੀਂ ਚਾਹੋ ਤਾਂ ਉਸ ਜੋਤਿਰਲਿੰਗ ਦੇ ਵੀ ਦਰਸ਼ਨ ਕਰ ਸਕਦੇ ਹੋ ਜੀ। ਆਓ ਚਲੀਏ ਜੀ ਆਪਾਂ ਅੰਦਰ ਨੂੰ ਜੀ। ਇੱਕ ਨਾ ਤੁਸੀਂ ਉਰੇ ਪ੍ਰਬੰਧ ਦੇਖ ਸਕਦੇ ਹੋ, ਜਾਣੀ ਬਹੁਤ ਜ਼ਿਆਦਾ ਗ੍ਰਿੱਲਾਂ ਦੇ ਵਿੱਚ ਦੀ ਘੁਮਾ ਕੇ ਦਰਸ਼ਨ ਕਰਵਾਏ ਜਾਂਦੇ ਨੇ, ਕਿਉਂਕਿ ਇਸ ਮੰਦਿਰ ਦੇ ਵਿੱਚ ਵੀ ਕਹਿੰਦੇ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਆ। ਜਦੋਂ ਰਸ਼ ਹੋ ਜਾਂਦਾ ਸੰਗਤ ਜ਼ਿਆਦਾ ਹੋ ਜਾਂਦੀ ਆ, ਤਾਂ ਇੱਕ ਪ੍ਰੋਪਰ ਪੱਕੀ ਰੇਲਿੰਗ ਲਾਈ ਹੋਈ ਹੈ ਜੀ ਇਸ ਜਗ੍ਹਾ ਦੇ ਉੱਤੇ, ਵੀ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ, ਇਸ ਲਈ ਸਾਰੀ ਰੇਲਿੰਗ ਦਾ ਪ੍ਰਬੰਧ ਕੀਤਾ ਹੋਇਆ ਜੀ। ਤੇ ਇਹ ਲਿਖਿਆ ਆ ਮੰਦਿਰ ਦਾ ਜੀ ਖੁੱਲ੍ਹਣ ਦਾ ਸਮਾਂ ਜੀ, ਮੰਦਿਰ ਖੁੱਲ੍ਹਣ ਦਾ ਤੇ ਬੰਦ ਹੋਣ ਦਾ ਸਮਾਂ ਜੀ। ਗਰਮੀਆਂ ਵਿੱਚ ਸਵੇਰੇ 4 ਵਜੇ ਤੋਂ ਦੁਪਹਿਰ 12 ਵਜੇ ਤੱਕ, ਦੁਪਹਿਰ 2:30 ਵਜੇ ਤੋਂ 8:30 ਵਜੇ ਤੱਕ, ਇਹ ਤੁਸੀਂ ਪੜ੍ਹ ਸਕਦੇ ਹੋ ਜੀ। ਇਸ ਸਮੇਂ ਦੇ ਮੁਤਾਬਕ ਤੁਸੀਂ ਇਸ ਮੰਦਿਰ ਦੇ ਦਰਸ਼ਨ ਕਰਨ ਆ ਸਕਦੇ ਹੋ ਜੀ। ਇੱਕ ਨਾ ਤੁਸੀਂ ਪੜ੍ਹ ਸਕਦੇ ਹੋ ਕਿਰਪਿਆ ਧਿਆਨ ਦੇ, ਹਿੰਦੀ ਦੇ ਵਿੱਚ ਲਿਖਿਆ ਹੋਇਆ ਆ, ਜਲ ਦੋਨੋਂ ਹੱਥੋਂ ਸੇ ਚੜਾਏ ਤਥਾ ਸਵੇ 4:30 ਵਜੇ ਸੇ 11:30 ਵਜੇ ਤੱਕ। ਇਹ ਲਿਖਿਆ ਹੋਇਆ ਮੰਦਿਰ ਪ੍ਰਬੰਧਕ ਦੀ ਜਿਹੜੀ ਕਮੇਟੀ ਆ ਜੀ ਉਹਦੇ ਵੱਲੋਂ ਲਿਖਿਆ, ਇਹ ਸਾਨੂੰ ਫੋਲੋ ਜ਼ਰੂਰ ਕਰਨਾ ਚਾਹੀਦਾ ਜੀ, ਇਹਦੇ 'ਤੇ ਧਿਆਨ ਜ਼ਰੂਰ ਦੇਣਾ ਚਾਹੀਦਾ। ਜਿੱਦਾਂ ਇਹ ਕਹਿੰਦੇ ਨੇ ਉਸੇ ਤਰ੍ਹਾਂ ਸਾਨੂੰ ਇਸ ਮੰਦਿਰ ਦੀ ਮਰਿਆਦਾ ਨੂੰ ਬਣਾਏ ਰੱਖਣਾ ਚਾਹੀਦਾ ਆ ਜੀ। ਇਸ ਮੰਦਿਰ ਦੇ ਇਤਿਹਾਸ ਨੂੰ ਦਰਸਾਉਂਦੀ ਹੋਈ ਜੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਮੰਦਿਰ ਪਰਿਸਰ ਦੇ ਵਿੱਚ ਲੱਗੀ ਹੋਈ ਆ। ਬਾਬਾ ਕਰਮਗਿਰੀ ਜੀ ਮਹਾਰਾਜ ਜੀ ਸੀਗੇ ਜੀ, ਉਹ ਜਿਨ੍ਹਾਂ ਜਿਹੜੇ ਥੋੜ੍ਹੀ ਦੂਰ 'ਤੇ ਤਪੱਸਿਆ ਕਰ ਰਹੇ ਸੀਗੇ ਜੀ, ਫਿਰ ਉਹਨਾਂ ਨੇ ਜੀ ਇਸ ਮੰਦਿਰ ਨੂੰ ਬਣਾਇਆ ਸੀਗਾ ਜੀ। 550 ਸਾਲ ਹੋ ਗਏ ਇਸ ਮੰਦਿਰ ਨੂੰ ਜੀ, ਅਤੇ ਇਹ ਲੱਗੇ ਹੋਈਆਂ ਸਾਹਮਣੇ ਟੂਟੀਆਂ, ਇਹਨਾਂ ਟੂਟੀਆਂ ਤੋਂ ਆਪਾਂ ਪਾਣੀ ਲੈ ਕੇ ਜੀ ਅੰਦਰ ਮੰਦਿਰ ਦੇ ਵਿੱਚ ਚੜਾ ਸਕਦੇ ਹਾਂ ਜੀ। ਬਹੁਤ ਸੋਹਣਾ ਅਤੇ ਵੱਡਾ ਇਹ ਮੰਦਿਰ ਬਣਿਆ ਹੋਇਆ ਜੀ ਰਾਜਪੁਰੇ ਸ਼ਹਿਰ ਦੇ ਨਾਲ। ਤੁਸੀਂ ਵੀ ਤੁਹਾਡਾ ਕਦੇ ਸਮਾਂ ਲੱਗਿਆ ਤਾਂ ਇਸ ਮੰਦਿਰ ਦੇ ਦਰਸ਼ਨ ਕਰਨ ਜ਼ਰੂਰ ਆਇਓ ਜੀ। ਇਸ ਜਗ੍ਹਾ ਤੋਂ ਜੀ ਆਪਾਂ ਗੜਵੀਆਂ ਲੈ ਸਕਦੇ ਹਾਂ, ਜਿਹਨਾਂ ਵਿੱਚ ਪਾਣੀ ਭਰ ਕੇ ਆਪਾਂ ਸ਼ਿਵਲਿੰਗ ਦੇ ਉੱਪਰ ਅਰਪਿਤ ਕਰ ਸਕਦੇ ਹਾਂ ਜੀ। ਅਤੇ ਜਲ ਅਰਪਿਤ ਕਰਨ ਤੋਂ ਬਾਅਦ ਦੁਬਾਰਾ ਗੜਵੀਆਂ ਨੂੰ ਇਸੇ ਜਗ੍ਹਾ ਉੱਪਰ ਰੱਖਣਾ ਹੁੰਦਾ ਹੈ ਜੀ। ਵੀਡੀਓ ਤੁਹਾਨੂੰ ਕਿਵੇਂ ਲੱਗ ਰਹੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੀ। ਇਹ 600 ਸਾਲ ਪੁਰਾਣਾ ਮੰਦਿਰ ਹੈ। ਅੱਛਾ ਜੀ, ਅਤੇ ਇਹ ਮਤਲਬ ਇਹ ਤਾਂ ਟੱਕ ਸੀ, ਇਹ ਮੈਂ ਦੱਸਦਾ 600 ਸਾਲ ਪੁਰਾਣਾ ਮੰਦਿਰ ਹੈ। ਉਹਦੇ ਗਵਾਲੇ ਗਊਆਂ ਚਲਾਉਂਦੇ ਥੇ, ਅੱਛਾ ਜੀ, ਉਹਨਾਂ ਵਿੱਚੋਂ ਇੱਕ ਗਊ ਦੇ ਦੁੱਧ ਛੱਡਦੇ ਥੇ। ਅੱਛਾ ਜੀ, ਜਦ ਉਹਨੇ ਦੇਖਿਆ ਦੁੱਧ ਕਿਉਂ ਛੱਡ, ਉਹਨੇ ਪੱਟ ਕੇ ਦੇਖਿਆ ਤਾਂ ਪੁਆੜੀ ਨਾਲ, ਅੱਛਾ ਜੀ, ਇਹ ਨਿਸ਼ਾਨ ਲਗਾ ਹੁਆ। ਅੱਛਾ ਜੀ, ਆਹ ਦੇਖੋ ਜਦ ਪਤਾ ਲਗਾ ਤਾ, ਕੁਹਾੜੀ ਲੱਗੀ ਸੀ, ਕਹੀ ਲੱਗੀ ਸੀ, ਕੁਹਾੜੀ ਕਹੀ ਜਿਹੜੀ ਹੁੰਦੇ ਆ, ਕਹੀ ਨੇ ਪੱਟਦੇ ਸੀ, ਹਾਂ ਪੱਟ ਕੇ ਦੇਖਿਆ ਵੀ ਕਿਉਂ ਦੁੱਧ ਛੱਡਦੇ ਆ ਉਹਦੇ। ਅੱਛਾ ਜੀ, ਅੱਛਾ, ਫਿਰ ਉਹਦੇ ਬਿਜਲੀ ਲਸ਼ਕੀ ਦੀ, ਅੱਛਾ ਅੱਛਾ ਜੀ, ਫਿਰ ਜਦ ਬਜਰੀ ਲਸ਼ਕੀ ਦਾ, ਫਿਰ ਉਸ ਟਾਈਮ ਪਟਿਆਲਾ ਰਾਜਾ ਹੁੰਦਾ ਤਾ,
ਉਹਨੂੰ ਕਾਸ਼ਮਾ ਨੇ ਮੇਰਾ ਮੰਦਿਰ ਬਣਾ, ਕਹਿੰਦਾ ਪਤਾ ਨੀ, ਕਹਿੰਦਾ ਹਾਥੀ ਛੱਡ ਦੇ, ਫਿਰ ਉਹਨੇ ਸੁਬਹ ਹਾਥੀ ਛੱਡਿਆ ਸੀ ਉਰੇ ਆ ਕੇ ਰੁਕ ਗਿਆ ਤਾ ਜਦ ਤੋਂ ਬਣਿਆ, ਫਿਰ ਉਹਦੇ ਮਹੰਤ ਕਰਦੇ ਹੁੰਦੇ ਕਰਮਗਿਰੀ ਜੀ, ਉਹਨਾਂ ਮੰਦਰ ਸੌਂਪ ਤਿਆ ਤਾ। ਹਾਂਜੀ ਮਹਾਰਾਜ ਉਸ ਟਾਈਮ ਪਟਿਆਲਾ ਹੁੰਦਾ, ਉਹਨਾਂ ਨੇ ਕੀਤਾ ਜਦ ਤੋਂ ਹੈ ਜੈਸ਼ਵੀ ਕਲਾਸ਼ ਮੈਂ ਯਾਸ਼ੀ ਨਲਾਸ। ਇੱਕ ਜੀ ਉਰੇ ਮਾਨਤਾ ਹੋਰ ਕਹੀ ਜਾਂਦੀ ਆ ਵੀ ਆ ਤੁਸੀਂ ਪੜ੍ਹ ਵੀ ਸਕਦੇ ਹੋ, ਹੇ ਮੇਰੇ ਨਾਥ ਮੈਂ ਆਪ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਵੀ ਤੁਸੀਂ ਪੱਥਰਾਂ ਨੂੰ ਵੀ ਤਾਰ ਦਿੰਦੇ ਹੋ ਤੇ ਸਾਡੇ ਵਰਗੇ ਪੱਥਰ ਮਨੁੱਖ ਨੂੰ ਵੀ ਤਾਰੋ ਤੁਸੀਂ। ਇਹ ਨਾ ਇਹਦੇ ਵਿੱਚ ਲੋਕ ਸਿੱਕਾ ਪਾਉਂਦੇ ਨੇ ਆਪਣੀ ਮੰਨਤ ਮੰਗ ਕੇ, ਕਹਿੰਦੇ ਵੀ ਜੇ ਵਿਸ਼ ਪੂਰੀ ਹੋਣੀ ਆ ਤਾਂ ਉਹ ਬੰਦੇ ਦੀ ਪੂਰੀ ਹੁੰਦੀ ਆ ਤੇ ਇਹਦੇ ਵਿੱਚ ਸਿੱਕਾ ਪਾਇਆ ਜਾਂਦਾ ਆ। ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਸੰਗਤ ਉਰੇ ਆਉਂਦੀ ਆ ਜੀ, ਸਿੱਕੇ ਪਾਉਂਦੀ ਆ ਇਸ ਵਿੱਚ। ਆਹ ਦੇਖੋ ਕਿੰਨੇ ਜ਼ਿਆਦਾ ਸਿੱਕੇ ਪਾਏ ਹੋਏ ਨੇ, ਆਪਣੀ ਮੰਨਤ ਮੰਗ ਕੇ ਸਿੱਕੇ ਪਾਏ ਜਾਂਦੇ ਨੇ ਇਹਦੇ ਵਿੱਚ ਜੀ। ਬਹੁਤ ਸੋਹਣਾ ਅਤੇ ਵੱਡਾ ਇਹ ਮੰਦਰ ਬਣਿਆ ਹੋਇਆ ਆ ਜੀ, ਜਦੋਂ ਕਦੇ ਮੌਕਾ ਲੱਗਿਆ ਤਾਂ ਇਸ ਮੰਦਰ ਦੇ ਦਰਸ਼ਨ ਕਰਨ ਵੀ ਜ਼ਰੂਰ ਆਇਓ ਜੀ। ਹੁਣ ਆਪਾਂ ਪਹੁੰਚੇ ਹਾਂ ਜੀ, ਇਹ ਸੀ ਉਹ ਡੇਰਾ ਸਿੱਧ ਬਾਬਾ ਕਰਮਗਿਰੀ ਜੀ ਦਾ ਜੀ, ਪ੍ਰਾਚੀਨ ਧੂਣਾ ਜੀ ਵੀ, ਇਹ ਪੁਰਾਣਾ ਧੂਣਾ ਜੀ। ਇਸ ਜਗ੍ਹਾ ਦੇ ਉੱਤੇ ਉਹ ਤਪੱਸਿਆ ਕਰਦੇ ਸੀਗੇ ਜੀ, ਜਦੋਂ ਬਿਜਲੀ ਕੜਕੀ ਆ ਅਸਮਾਨ ਗੜਕੇ ਆਇਆ ਨਾ ਤਾਂ ਇਸ ਜਗ੍ਹਾ ਦੇ ਉੱਤੇ ਤਪੱਸਿਆ ਕਰਦੇ, ਇਸ ਜਗ੍ਹਾ ਤੋਂ ਉਹ ਪਹੁੰਚੇ ਸੀ ਉਸ ਜਗ੍ਹਾ ਦੇ ਉੱਤੇ ਜੀ। ਅਤੇ ਫਿਰ ਇਹਨਾਂ ਨੇ ਬਾਬਾ ਕਰਮਗਿਰੀ ਜੀ ਨੇ ਇਸ ਮੰਦਿਰ ਦੀ ਸਥਾਪਨਾ ਕੀਤੀ ਸੀ ਜੀ। ਇਹ ਆ ਉਹ ਸਥਾਨ ਜੀ, ਤੁਸੀਂ ਦਰਸ਼ਨ ਕਰ ਸਕਦੇ ਹੋ ਸਕਰੀਨ ਦੇ ਉੱਤੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਸਾਡਾ ਹੌਸਲਾ ਵਧਾਇਆ ਕਰੋ ਜੀ। ਆਪਾਂ ਨੇ ਜੀ ਇਸ ਬਾਬਾ ਕਰਮਗਿਰੀ ਜੀ ਦੇ ਧੂਣੇ ਦੇ ਦਰਸ਼ਨ ਕਰ ਲਏ ਨੇ, ਆ ਜਾਓ ਆਪਾਂ ਚੱਲਦੇ ਹਾਂ ਹੁਣ ਅੱਗੇ ਨੂੰ ਜੀ। ਆਪਾਂ ਉਰੇ ਹੋਰ ਚੀਜ਼ ਦੇਖ ਸਕਦੇ ਹਾਂ ਜੀ, ਇਸ ਮੰਦਿਰ ਦੀ ਜਿਹੜੀ ਪ੍ਰਕਰਮਾ ਆ ਉਹਦੇ ਵਿੱਚ ਨਾ ਤੁਸੀਂ ਦੇਖ ਸਕਦੇ ਹੋ 1, 2, 3, 4, 5, 6 ਜਗ੍ਹਾ ਜੀ ਛੋਟੇ ਛੋਟੇ ਸ਼ਿਵਲਿੰਗ ਸਥਾਪਿਤ ਕੀਤੇ ਹੋਏ ਨੇ ਇਸ ਸਥਾਨ ਦੇ ਉੱਤੇ ਜੀ, 6 ਜਗ੍ਹਾ ਦੇ ਉੱਤੇ। ਤੁਸੀਂ ਜੰਮੂ ਵਾਲੇ ਸਾਡੇ ਵੀਡੀਓਜ਼ ਵੀ ਦੇਖੇ ਹੋਣੇ ਜਿਹੜੇ ਆਪਾਂ ਮੰਦਿਰ ਦੇ ਦਰਸ਼ਨ ਕੀਤੇ ਸੀਗੇ, ਉਹਦੇ ਵਿੱਚ ਵੀ ਜਿਹੜਾ ਟ੍ਰਾਂਸਪੇਰੈਂਟ ਸ਼ਿਵਲਿੰਗ ਆ ਉਹਦੇ ਉੱਥੇ ਸਥਾਪਿਤ ਕੀਤਾ ਹੋਇਆ ਆ। ਜੇਕਰ ਤੁਸੀਂ ਉਹ ਨਹੀਂ ਦੇਖਿਆ ਤਾਂ ਉਹ ਵੀ ਸਾਡੇ ਚੈਨਲ 'ਤੇ ਜਾ ਕੇ ਜ਼ਰੂਰ ਦਰਸ਼ਨ ਕਰਿਓ। ਮਹੰਤ ਗਿਰੀ ਜੀ ਦੀ ਜੀ ਸਟੈਚੂ ਪ੍ਰਤਿਮਾ ਵੀ ਇਸ ਜਗ੍ਹਾ ਦੇ ਉੱਤੇ ਲਾਈ ਹੋਈ ਆ, ਤੁਸੀਂ ਉਹਦੇ ਵੀ ਦਰਸ਼ਨ ਕਰ ਸਕਦੇ ਹੋ ਜੀ। ਸ਼੍ਰੀ ਮਹੰਤ ਗਿਰੀ ਜੀ ਨੇ, ਜਿਨ੍ਹਾਂ ਨੇ ਜੀ ਇਸ ਮੰਦਿਰ ਦੀ ਸ਼ੁਰੂਆਤ ਕੀਤੀ ਸੀ, ਸਥਾਪਨਾ ਕੀਤੀ ਸੀ ਜੀ, ਅਤੇ ਉਹਨਾਂ ਦੀ ਪ੍ਰਤਿਮਾ ਵੀ ਇਸ ਜਗ੍ਹਾ ਦੇ ਉੱਤੇ ਸਥਾਪਿਤ ਕੀਤੀ ਹੋਈ, ਆਪਾਂ ਦਰਸ਼ਨ ਕਰ ਸਕਦੇ ਹਾਂ ਜੀ ਸਾਰੇ ਜਣੇ। ਇਹ ਆ ਜੀ ਉਹਨਾਂ ਦੀ ਪ੍ਰਤਿਮਾਵਾਂ ਮੂਰਤੀ ਜੀ। ਭਗਵਾਨ ਭੋਲੇ ਸ਼ੰਕਰ ਜੀ, ਭਗਵਾਨ ਸ਼ਿਵ ਜੀ ਦੇ ਅਲੱਗ ਅਲੱਗ ਰੂਪਾਂ ਨੂੰ ਤੁਸੀਂ ਦੇਖ ਸਕਦੇ ਹੋ, ਬਹੁਤ ਸੋਹਣੀਆਂ ਪ੍ਰਤਿਮਾਵਾਂ ਦੇ ਰੂਪ ਵਿੱਚ ਇਸ ਸਥਾਨ ਉੱਪਰ ਸਥਾਪਿਤ ਕੀਤਾ ਹੋਇਆ, ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਉੱਪਰ। ਹੁਣ ਆਪਾਂ ਦੇਖ ਸਕਦੇ ਹਾਂ ਜੀ, ਸ਼ਰਧਾਲੂ ਜਦੋਂ ਵੀ ਇਸ ਸਥਾਨ ਉੱਪਰ ਆਉਂਦੇ ਨੇ ਤਾਂ ਉਹ ਆਪਣੀ ਮੰਨਤ ਮੰਗ ਕੇ ਇਸ ਸਥਾਨ ਉੱਪਰ ਮੌਲੀ ਬੰਨ੍ਹਦੇ ਨੇ। ਲਿਖਿਆ ਹੋਇਆ ਮੰਦਿਰ ਦਾ ਇਤਿਹਾਸ ਜੀ ਹਿੰਦੀ ਦੇ ਵਿੱਚ, ਤੁਸੀਂ ਵੀਡੀਓ ਨੂੰ ਰੋਕ ਕੇ ਵੀ ਪੜ੍ਹ ਸਕਦੇ ਹੋ, ਆਪਣੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਸ ਮੰਦਿਰ ਦਾ ਇਤਿਹਾਸ ਜੀ। ਤੇ ਇਸ ਪਾਸੇ ਲਿਖੀ ਹੋਈ ਆ ਸ਼ਿਵ ਚਾਲੀਸਾ ਦੋਹਾ, ਤੁਸੀਂ ਇਹ ਵੀ ਵੀਡੀਓ ਨੂੰ ਰੋਕ ਕੇ ਸਕਰੀਨ ਦੇ ਉੱਤੇ ਪੜ੍ਹ ਸਕਦੇ ਹੋ ਜੀ।
ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ, ਆਪਣੇ ਰਿਸ਼ਤੇਦਾਰ ਮਿੱਤਰਾਂ ਦੋਸਤਾਂ ਨਾਲ ਜੀ, ਜਿਹਦੇ ਨਾਲ ਸਾਨੂੰ ਹੌਸਲਾ ਮਿਲਦਾ ਆ, ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਤੁਹਾਡੇ ਲਈ ਵੀਡੀਓ ਲਿਆ ਸਕੀਏ, ਤਾਂ ਸਾਡਾ ਸਾਥ ਜ਼ਰੂਰ ਦਿਆ ਕਰੋ ਜੀ। ਇਹ ਭੋਲੇ ਸ਼ੰਕਰ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਹੋਈ ਹੈ ਇਸ ਮੰਦਿਰ ਦੇ ਵਿੱਚ ਜੀ, ਆਪਾਂ ਦਰਸ਼ਨ ਕਰ ਰਹੇ ਹਾਂ ਹੁਣ ਵੀਡੀਓ ਦੇ ਵਿੱਚ ਜੀ। ਅਤੇ ਇਸ ਮੂਰਤੀ ਦੇ ਪਿਛਲੇ ਪਾਸੇ ਜੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਇਹ ਨਾ ਪਿੱਪਲ ਦਾ ਦਰਖਤ ਆ, ਰੁੱਖ ਆ, ਪੁਰਾਣਾ ਰੁੱਖ ਆ ਜੀ ਇਹ। ਇਹਦੇ ਉੱਤੇ ਵੀ ਮੌਲੀ ਬੰਨ੍ਹੀ ਜਾਂਦੀ ਆ, ਪਹਿਲਾਂ ਵੀ ਦੇਖ ਚੁੱਕੇ ਵੀਡੀਓ ਦੇ ਵਿੱਚ। ਅਤੇ ਇਹ ਪਿੱਪਲ ਦੇ ਉੱਤੇ ਮੌਲੀ ਬੰਨ੍ਹਦਾ ਅਗਲੇ ਆਪਣੀ ਮੰਨਤ ਮੰਗ ਕੇ ਜੀ, ਇਸ ਮੰਦਿਰ ਦੇ ਵਿੱਚ ਜੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਆਪਣੀ ਦੇ ਜੀ। ਹਜ਼ਾਰਾਂ ਲੱਖਾਂ ਸੰਗਤਾਂ ਇਸ ਮੰਦਿਰ ਦੇ ਵਿੱਚ ਆਉਂਦੀਆਂ ਨੇ, ਨਤਮਸਤਕ ਹੁੰਦੀਆਂ ਨੇ, ਆਪਣੀਆਂ ਮਨੋਕਾਮਨਾਵਾਂ ਮੰਗਦੀਆਂ ਨੇ, ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ। ਅਤੇ ਬਹੁਤ ਸੋਹਣਾ ਇਹ ਆਲੀਸ਼ਾਨ ਮੰਦਿਰ ਬਣਾਇਆ ਹੋਇਆ ਜੀ। ਅਤੇ ਇਸ ਸਾਈਡ ਬਣੇ ਹੋਏ ਨੇ ਕਮਰੇ ਜੀ, ਜਿਹੜੇ ਮੰਦਿਰ ਦੇ ਵਿੱਚ ਆਪਣੇ ਪੁਜਾਰੀ ਰਹਿੰਦੇ ਨੇ ਜਾਂ ਕੁਛ ਸੇਵਕ ਰਹਿੰਦੇ ਨੇ ਜੀ, ਤਾਂ ਉਹ ਇਸ ਜਗ੍ਹਾ ਜੀ ਉਹਨਾਂ ਦੇ ਰੂਮ ਨੇ ਜੀ, ਇਸ ਜਗ੍ਹਾ ਉਹ ਆਰਾਮ ਕਰਦੇ ਨੇ ਜੀ, ਵਿਸ਼ਰਾਮ ਕਰਦੇ ਨੇ। ਇਹ ਬਣੇ ਰੂਮ ਜੀ ਇੱਕ ਪਾਸੇ ਮੰਦਿਰ ਦੇ। ਆਪਾਂ ਨੇ ਜੀ ਮੰਦਿਰ ਦੇ ਅੰਦਰ ਤੋਂ ਦਰਸ਼ਨ ਕਰ ਲਏ ਜੀ, ਸ਼ਿਵਲਿੰਗ ਦੇ ਦਰਸ਼ਨ ਕਰ ਲਏ ਨੇ। ਆਪਾਂ ਹੁਣ ਉਸ 500 ਸਾਲ ਪੁਰਾਣੇ, 550 ਸਾਲ ਪੁਰਾਣੇ ਬੋਹੜ ਦੇ ਦਰਖਤ ਦੇ ਜੀ, ਵੱਟ ਬਖਸ਼ ਕਿਹਾ ਜਾਂਦਾ ਆ, ਉਹ ਪ੍ਰਾਚੀਨ ਆ, ਉਹਦੇ ਆਪਾਂ ਦਰਸ਼ਨ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਆ ਜਾਓ ਹੁਣ ਆਪਾਂ ਚੱਲਦੇ ਹਾਂ ਉਸ ਬੋਹੜ ਦੇ ਦਰਖਤ ਦੇ ਵੱਟ ਬਖਸ਼ ਦੇ ਦਰਸ਼ਨ ਕਰਦੇ ਹਾਂ ਜੀ। ਇੱਕ ਗੱਲ ਉਰੇ ਹੋਰ ਕਹੀ ਜਾਂਦੀ ਆ, ਜਿਹਨਾਂ ਨੂੰ ਨਾ ਕਾਲ ਸਰਪ ਦੋਸ਼ ਹੋਇਆ ਹੁੰਦਾ ਆ ਜੀ, ਉਹ ਨਾਗ ਨਾਗਿਨ ਦਾ ਜੋੜਾ ਇਸ ਮੰਦਿਰ ਦੇ ਵਿੱਚ ਚੜ੍ਹਾਉਂਦੇ ਨੇ ਜੀ। ਜਾਣੀ ਬਹੁਤ ਜ਼ਿਆਦਾ ਸੰਗਤ ਅਸੀਂ ਦੇਖੀ ਅੰਦਰ, ਤੁਸੀਂ ਦੇਖੀ ਹੋਣੀ ਸਕਰੀਨ ਦੇ ਵਿੱਚ, ਜਾਣੀ ਉਹ ਲੈ ਕੇ ਆਉਂਦੇ ਨੇ ਜੋੜਾ ਨਾਗ ਨਾਗਿਨ ਦਾ, ਅਤੇ ਇਸ ਜਗ੍ਹਾ ਦੇ ਉੱਤੇ ਚੜ੍ਹਾਉਂਦੇ ਨੇ ਜੀ। ਆ ਜਾਓ ਜੀ ਹੁਣ ਆਪਾਂ ਪਹੁੰਚੇ ਹਾਂ ਉਸ ਬੋਹੜ ਦੇ ਦਰਖਤ ਦੇ ਕੋਲ ਜੀ, ਵੱਟ ਬਿਰਖਸ਼ ਦੇ ਕੋਲ, ਜਿਹੜਾ 550 ਸਾਲ ਪੁਰਾਣਾ ਆ। ਤੁਸੀਂ ਸਕਰੀਨ ਦੇ ਉੱਤੇ ਪੜ੍ਹ ਵੀ ਸਕਦੇ ਹੋ, ਬੋਹੜ ਲੱਗਿਆ ਹੋਇਆ। ਅਤੇ ਇਹ ਆ ਜੀ ਉਹ ਵੱਟ ਬਿਰਖਸ਼ ਬੋਹੜ ਦਾ ਦਰਖਤ ਜੀ, ਜਿਹੜਾ 550 ਸਾਲ ਪੁਰਾਣਾ ਆ ਜੀ ਇਸ ਮੰਦਿਰ ਦੇ ਵਿੱਚ। ਅਤੇ ਇਸ ਨੂੰ ਉਸੇ ਤਰ੍ਹਾਂ ਸਾਂਭ ਕੇ ਰੱਖਿਆ ਹੋਇਆ ਇਸ ਦਰਖਤ ਨੂੰ ਜੀ। ਅਤੇ ਤੁਸੀਂ ਦੇਖੋ ਇੱਕ ਅੱਧੀਆਂ ਜੜ੍ਹਾਂ ਨਿਕਲ ਕੇ ਨਾ ਹੋਰ ਬੋਹੜ ਦੇ ਦਰਖਤ ਬਣ ਗਏ ਨੇ, ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ। ਜਾਣੀ ਇਹ ਦਰਖਤ ਇੱਦਾਂ ਦਾ ਬੋਹੜ, ਇਹ ਤੋਂ ਹੋਰ ਅੱਗੇ ਅੱਗੇ ਦਰਖਤ ਆਪਣੇ ਆਪ ਪੈਦਾ ਹੁੰਦੇ ਰਹਿੰਦੇ ਨੇ ਜੀ। ਇਹ ਆ ਜੀ ਵੱਟ ਬਿਰਖਸ਼। ਆਪਾਂ ਜੀ ਮੰਦਿਰ ਦੇ ਦਰਸ਼ਨ ਕਰ ਲਏ ਨੇ, ਉਸ ਵੱਟ ਬਿਰਖਸ਼ ਦੇ ਦਰਸ਼ਨ ਕਰ ਲਏ ਨੇ, ਜਿਹੜਾ 500 ਸਾਲ ਦਾ ਬੋਹੜ ਲੱਗਿਆ, 550 ਸਾਲ ਪੁਰਾਣਾ ਆ ਜੀ ਉਹ। ਅਤੇ ਆਪਾਂ ਚੱਲਦੇ ਹੁਣ ਗੁਰੂ ਕੇ ਲੰਗਰਾਂ ਵੱਲ ਨੂੰ ਜੀ, ਜਿੱਥੇ ਆਪਾਂ ਆਪਣੀ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕ ਸਕਦੇ ਹਾਂ ਜੀ। ਭਗਵਾਨ ਦੇ ਲੰਗਰ ਕਹਿ ਸਕਦੇ ਹਾਂ ਆਪਾਂ, ਗੁਰੂ ਦੇ ਲੰਗਰ ਕਹਿ ਸਕਦੇ ਹਾਂ ਜੀ। ਇਸ ਸ਼ਿਵਜੀ ਭਗਵਾਨ ਜੀ ਦੇ ਮੰਦਿਰ ਦੇ ਵਿੱਚ ਲੰਗਰ ਦਾ ਵੀ ਪ੍ਰਬੰਧ ਆ ਜੀ, ਆਪਾਂ ਆਪਣੀ ਲੋੜ ਅਨੁਸਾਰ ਛਕ ਸਕਦੇ ਹਾਂ ਜੀ। ਆ ਜਾਓ ਆਪਾਂ ਲੰਗਰ ਛਕਦੇ ਹਾਂ ਜੀ। ਆਪਾਂ ਜਦੋਂ ਜੀ ਲੰਗਰ ਹਾਲ ਦੇ ਵਿੱਚ ਬਹਿੰਦੇ ਹਾਂ, ਲੰਗਰ ਛਕਣ ਬਹਿੰਦੇ ਹਾਂ, ਤਾਂ ਬਹੁਤ ਜ਼ਿਆਦਾ ਇੰਸਟਰਕਸ਼ਨ ਹਦਾਇਤਾਂ ਲਿਖੀਆਂ ਹੁੰਦੀਆਂ ਨੇ, ਉਹਨਾਂ ਨੂੰ ਜ਼ਰੂਰ ਫਾਲੋ ਕਰਨਾ ਹੁੰਦਾ ਆਪਾਂ। ਦੇਖੋ ਲਿਖਿਆ, ਕੇਵਲ ਉਤਨਾ ਡਾਲੋ ਥਾਲੀ ਮੇਂ ਤਾਂ ਕਿ ਵਿਅਰਥ ਨਾ ਜਾਏ ਨਾਲੀ ਮੇਂ। ਜਾਣੀ ਭੋਜਨ ਸਾਨੂੰ ਉਨਾ ਕੁ ਲੈਣਾ ਚਾਹੀਦਾ ਜਿੰਨਾ ਕੁ ਅਸੀਂ ਛਕ ਸਕਦੇ ਹਾਂ। ਕਈ ਬੰਦੇ ਲੋੜ ਤੋਂ ਵੱਧ ਪਵਾ ਲੈਂਦੇ ਨੇ ਜੀ, ਫਿਰ ਉਹ ਵੇਸਟ ਹੁੰਦੀ ਆ।
ਜਾਨੀ ਲੰਗਰ ਪਾਣੀ ਦੀ ਕਦੇ ਵੀ ਵੇਸਟੇਜ ਆਪਾਂ ਨੂੰ ਕਰਨੀ ਨਹੀਂ ਚਾਹੀਦੀ ਜੀ। ਜਿਹੜਾ ਭੋਜਨ ਆ ਬਹੁਤ ਅਮੁੱਲੇ ਆ ਚੀਜ਼ ਆ ਇਹ, ਜਾਨੀ ਲੋੜ ਅਨੁਸਾਰ ਆਪਾਂ ਨੂੰ ਲੈਣਾ ਚਾਹੀਦਾ ਆ। ਆਜੋ ਹੁਣ ਆਪਾਂ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਉਂਦੇ ਹਾਂ ਜੀ। ਇਸ ਮੰਦਿਰ ਦੇ ਵਿੱਚ ਸਰੋਵਰ ਵੀ ਬਣਿਆ ਹੋਇਆ ਆ, ਜਿਹੜਾ ਤਕਰੀਬਨ 1 ਸਾਲ ਤੋਂ ਪਹਿਲਾਂ ਬੰਦ ਸੀਗਾ ਜੀ, ਕਿਸੇ ਕਾਰਨਾਂ ਕਰਕੇ ਉਹਨੂੰ ਓਪਨ ਕੀਤਾ ਗਿਆ ਆ। ਆਜੋ ਆਪਾਂ ਉਸ ਸਰੋਵਰ ਦੇ ਵੀ ਦਰਸ਼ਨ ਕਰਦੇ ਹਾਂ। ਇਸ ਸਾਈਡ ਤੁਸੀਂ ਦੇਖ ਸਕਦੇ ਹੋ ਭੈਣਾਂ ਵਾਸਤੇ ਨੇ ਜੀ ਇਹ ਬਣਿਆ ਹੋਇਆ ਸਰੋਵਰ ਆ, ਤੇ ਉਸ ਪਾਸੇ ਵੀਰਾਂ ਵਾਸਤੇ ਆ, ਪੁਰਸ਼ਾਂ ਲਈ ਆ ਜੀ ਸਰੋਵਰ। ਦੋਨੇ ਪਾਸੇ ਬਣਿਆ ਹੋਇਆ ਆ, ਆਪਾਂ ਇਸ਼ਨਾਨ ਕਰ ਸਕਦੇ ਹਾਂ ਆਪਣੇ ਤਨ ਦਾ ਜੀ ਇਸ ਜਗ੍ਹਾ ਦੇ ਉੱਤੇ। ਮਿਲਕੇ ਜੀ ਇਸ ਮੰਦਿਰ ਦੇ, ਸ਼ਿਵ ਮੰਦਿਰ ਜੋ ਕਿ ਨਲਾਸ ਵਿਖੇ ਬਣਿਆ ਹੋਇਆ, ਇਸ ਦੇ ਦਰਸ਼ਨ ਕਰ ਲਏ ਹਨ। ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਜੀ। ਕਮੈਂਟ ਦੇ ਵਿੱਚ ਹਰ ਹਰ ਮਹਾਦੇਵ ਲਿਖਿਓ। ਜੇਕਰ ਤੁਸੀਂ ਇਸ ਸਥਾਨ ਉੱਪਰ ਆ ਚੁੱਕੇ ਹੋ ਤਾਂ ਸਾਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਤੁਸੀਂ, ਅਤੇ ਅਗਲੀ ਕਿਹੜੀ ਸਥਾਨ ਨੂੰ ਅਸੀਂ ਕਵਰ ਕਰੀਏ ਉਹਦੀ ਸੁਜੈਸ਼ਨ ਵੀ ਸਾਨੂੰ ਕਮੈਂਟ ਬਾਕਸ ਦੇ ਸਕਦੇ ਹੋ। ਹੁਣ ਆਪਾਂ ਮਿਲਾਂਗੇ ਨਵੇਂ ਸਥਾਨ 'ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।